ਬਹੁਤ ਹੀ ਸਤਿਕਾਰਯੋਗ ਮਾਪਿਓ ਅਤੇ ਪਿਆਰੇ ਬੱਚਿਓ ਆਪਾਂ ਹੁਣ ਤੱਕ ਮੁਕਤਾ ਕੰਨਾ ਅਤੇ ਸਿਹਾਰੀ ਅੱਖਰਾਂ ਵਾਲੇ ਪਾਠ ਸਿੱਖ ਚੁੱਕੇ ਹਾਂ ਉਮੀਦ ਹੈ ਤੁਸੀਂ ਇਹਨਾਂ ਅੱਖਰਾਂ ਦਾ ਵੀ ਅਭਿਆਸ ਕਰਦੇ ਰਹੋਗੇ ਅਤੇ ਅੱਗੋਂ ਜੋ ਮੈਂ ਤੁਹਾਨੂੰ ਪਾਠ ਪੜ੍ਹਾਵਾਂਗਾ ਉਸਤੇ ਵੀ ਆਪਾਂ ਅਭਿਆਸ ਕਰਾਂਗੇ ਅੱਜ ਆਪਾਂ ਚਾਰੇ ਮਾਤਰਾ ਨੂੰ ਦੁਹਰਾਉਂਦੇ ਹੋਏ ਆਪਾਂ ਵਿਹਾਰੀ ਵਾਲਾ ਪਾਠ ਪੜ੍ਹਨਾ ਹੈ ਆਵਾ ਪੜਾਈ ਕਰਗੇ ਮੇਰੇ ਪਿੱਛੇ ਪਿੱਛੇ ਤੁਸੀਂ ਬੋਲਦੇ ਜਾਣਾ ਹੈ ਅ ਆ ਇ ਈ ਉ ਊ ਐ ਓ ਔ ਅੰ ਅ ਇਸੇ ਤਰ੍ਹਾਂ ਹੀ ਆਪਾਂ ਵਿਹਾਰੀ ਮਾਤਰਾ ਦੀ ਜੋ ਅੱਜ ਦੀ ਮਹਾਰਨੀ ਹਾ ਹਾ ਹੇ ਨੀਚੇ ਨੂੰ ਪੜਾਂਗੇ ਈ ਸੀ ਹੀ ਕੀ ਖੀ ਗੀ ਕੀ ਚੀ ਛੀ ਜੀ ជី ਟੀ ਠੀ ਡੀ ਟੀ ਨੀ ਆਓ ਹੁਣ ਆਪਾਂ ਇਸ ਮਾਤਰਾ ਨਾਲ ਸੰਤ ਪਾਠ ਪੜ੍ਹਦੇ ਹਾਂ ਬਿਹਾਰੀ ਮਾਤਰਾ ਤੁਸੀਂ ਮੇਰੇ ਪਿੱਛੇ-ਪਿੱਛੇ ਬੋਲਣਾ ਹੈ ੀ ਰ ਤੀਰ ਖੀ ਰ ਖੀਰ ਕ ੜੀ ਘੜੀ ਹ ਰੀ ਹਰੀ ਦ ਰੀ ਦਰੀ ਚੀ ਕ ਚੀਕ ਵੀ ਰਾ ਬੀਰਾ ਨੀ ਲਾ ਨੀਲਾ ਗੀ ਤਾ ਗੀਤਾ ਦੀ ਦੀ ਦਿਦੀ ਕੀ ੜੀ ਕਿੜੀ ਸੀ ਟੀ ਸਿਟੀ ਵ ਰ ਫੀ ਵਰਫੀ ਗ ਰ ਮੀ ਗਰਮੀ ਤ ਰ ਤੀ ਧਰਤੀ ਕ ਮੀ ਜ਼ ਕਮੀਜ਼ ਪ ਪੀ ਤਾ ਪਪੀਤਾ ਬ ਗੀ ਚਾ ਬਗੀਚਾ ਗ ਰੀ ਬ ਗਰੀਬੀ ਫ ਕੀ ਰੀ ਫਕੀਰੀ ਪ ਤੀ ਲੀ ਪਤੀਲੀ ਪ ਪ ਨੀ ਪੀਪਣੀ ਜ ਵ ਨੀ ਜੀਬਨੀ ਕੀ ਮ ਤੀ ਕੀਮਤੀ ਇਸ ਤਰੀਕੇ ਨਾਲ ਬੱਚਿਓ ਆਪਾਂ ਅੱਖਰ ਦੀ ਆਵਾਜ਼ ਨਾ ਕੱਢਦੇ ਹੋਏ ਉਸ ਨਾਲ ਲੱਗੀ ਮਾਤਰਾ ਨੂੰ ਜੋੜ ਕੇ ਆਵਾਜ਼ ਕੱਢਣੀ ਹੈ ਅਤੇ ਮੁਕਤਾ ਅੱਖਰ ਨੂੰ ਉਸ ਦੇ ਅੱਖਰ ਦੀ ਆਵਾਜ਼ ਆਵਾਜ਼ ਨਾਲ ਬੁਲਾਉਣਾ ਹੈ ਅੱਖਰ ਦੇ ਨਾਮ ਨਾਲ ਨਹੀਂ ਇਸ ਤਰੀਕੇ ਨਾਲ ਅਸੀਂ ਫਲੋਣਾ ਪੜ੍ਹਨਾ ਸਿੱਖ ਜਾਵਾਂਗੇ ਅੱਗੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਵਾਕਾਂ ਨੂੰ ਕਿਵੇਂ ਪੜ੍ਹਨਾ ਹੈ ਰ ਖ ੜੀ ਰਖੜੀ ਦਾ ਦਿ ਨ ਦੇਨ ਸੀ ਰਖੜੀ ਦਾ ਦਿਨ ਸੀ ਮ ਨ ਮੀਤ ਮਨਮੀਤ ਵ ਜ਼ ਰ ਬਾਜ਼ਾਰ ਗ ਈ ਗਈ ਮਨਮੀਤ ਬਾਜ਼ਾਰ ਗਈ ਵੀ ਰ ਵੀਰ ਲ ਈ ਲਈ ਰ ਖ ੜੀ ਰਖੜੀ ਲ ਈ ਲਈ वीर लई रखड़ी लियाई म नमीत मनमीत वीर लई बर फि बर्फी वर्फी, वी लि आई लियाई मनमीत वी वीर लई बर्फी लियाई वीर र फी बर्फी खा रि रखड़ी सचा सजा ਬੀਰ ਵਰਫੀ ਖਾ ਰਖੜੀ ਸਜ ਮ ਨ ਮੀ ਤ ਮਨਮੀਤ ਰ ਖ ੜੀ ਰਖੜੀ ਵ ळा ਵਾਲਾ ਗੀ ਤ ਗੀਤ ਗਾ ਮਨਮੀਤ ਰਖੜੀ ਵਾਲਾ ਗੀਤ ਗਾ ਇਸ ਤਰ੍ਹਾਂ ਬੱਚੋ ਤੁਸੀਂ ਇਸ ਨੂੰ ਦੁਹਰਾਉਂਦੇ ਸਮੇਂ ਸਿੱਧੇ ਹੀ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਤੀਰ ਖੀਰ ਘੜੀ ਹਰੀ ਦਰੀ ਚੀਕ ਵੀਰਾ ਨੀਲਾ ਗੀਤਾ ਦੀਦੀ ਕੀੜੀ ਸਿਟੀ ਵਰਫੀ ਗਰਮੀ ਧਰਤੀ ਕਮੀਜ਼ ਪਪੀਤਾ ਬਗੀਚਾ ਗਰੀਬੀ ਫਕੀਰੀ ਪਤਲੀ ਪੀਪਣੀ ਜੀਵਣੀ ਕੀਮਤੀ ਇਸ ਨੂੰ ਤੁਸੀਂ ਗਾ ਕੇ ਵੀ ਪੜ ਸਕਦੇ ਹੋ ਤਤੇ ਵਿਆਰੀ ਤੀਰਾ ਰਾਤੀਰ ਇਸ ਨੂੰ ਅਸੀਂ ਕੀ ਕਹਾਂਗੇ ਤੁਸੀਂ ਬੋਲਣਾ ਹੈ ਤੀਰ ਕਹਾਂਗੇ ਖਖੇ ਵਿਆਰੀ ਖੀਰ ਆਰਾ ਖੀਰ ਇਸ ਨੂੰ ਅਸੀਂ ਕੀ ਬੋਲਾਂਗੇ ਖੀਰ ਬੋਲਾਂਗੇ ਕੱਗਾ ਢਾੜੇ ਵਿਆਰੀ ਕੜੀ ਇਸ ਨੂੰ ਅਸੀਂ ਕੀ ਬੋਲਾਂਗੇ ਕੜੀ ਬੋਲਾਂਗੇ ਇਸ ਤਰ੍ਹਾਂ ਜਿਵੇਂ ਤੁਹਾਨੂੰ ਆਨੰਦ ਆਉਂਦਾ ਹੈ ਪਾਠ ਪੜ੍ਹਨ ਦੇ ਵਿੱਚ ਓਵੇਂ ਹੀ ਤੁਸੀਂ ਇਸ ਨੂੰ ਗਾ ਕੇ ਪੜ੍ਹ ਕੇ ਬੋਲ ਕੇ ਪਾਠ ਯਾਦ ਕਰ ਸਕਦੇ ਹੋ ਪੜ੍ਹਨਾ ਸਿੱਖ ਸਕਦੇ ਹੋ ਪਿਆਰੇ ਬੱਚਿਓ ਤੁਸੀਂ ਇਸ ਪੂਰੇ ਸ਼ਬਦਾਂ ਨੂੰ ਅਤੇ ਇਹਨਾਂ ਵਾਕਾਂ ਨੂੰ ਇੱਕ ਇੱਕ ਪੇਜ ਤੇ ਲਿਖ ਕੇ ਮੈਨੂੰ ਇਹਦੇ ਫੋਟੋਗ੍ਰਾਫ ਭੇਜਨੇ ਹਨ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ